ਕਿ ਆਉਣ ਵਾਲੀ 2030 ਤੱਕ ਜਿਹੜੀਆਂ ਦੁਨੀਆ ਦੀਆਂ ਅੱਧੀਆਂ ਔਰਤਾਂ ਨੇ 50% ਔਰਤਾਂ ਸਿੰਗਲ ਰਹਿ ਜਾਣਗੀਆਂ। ਉਹ ਕਹਿੰਦੇ ਹਨ ਕਿ ਜਿਸ ਹਿਸਾਬ ਨਾਲ ਦੁਨੀਆ 'ਚ ਬਦਲਾਓ ਆਏ ਨੇ, ਤੁਸੀਂ ਆਪਣੀਆਂ ਦਾਦੀਆਂ ਪੜਦਾਦੀਆਂ ਨੂੰ ਵੇਖੋ ਅਤੇ ਹੁਣ ਦਾ ਜਿਹੜਾ ਬਦਲਾਅ ਆਇਆ ਪਿਛਲੇ 10 ਸਾਲ ਦੇ ਇੰਟਰਨੈਟ ਕਰਕੇ, ਉਹਦੀ ਸਟੱਡੀ ਇਹ ਦੱਸਦੀ ਆ। ਉਹ ਕਹਿੰਦੇ ਵੀ ਇਹ ਵੀ ਸਟੱਡੀ ਕਿਸੇ ਪੋਲੀਟੀਸ਼ੀਅਨ ਪਾਰਟੀ ਜਾਂ ਕਿਸੇ ਐਰੇ ਗੈਰੇ ਨੱਥੂ ਖੈਰੇ ਨੇ ਨਹੀਂ ਸਟੱਡੀ ਕਰਾਈ, ਇਹ ਬਹੁਤ ਤਕੜੀਆਂ ਬੈਂਕਾਂ ਨੇ ਸਟੱਡੀ ਕਰਾਈ ਆ, ਜਿਹੜੀ ਦੱਸਦੀਆਂ ਪਈਆਂ ਨੇ ਕਿ 2030 ਦੇ ਤੱਕ ਦੁਨੀਆ ਦੀਆਂ ਅੱਧੀਆਂ ਜ਼ਿਆਦਾ ਔਰਤਾਂ ਸਿੰਗਲ ਹੋ ਜਾਣਗੀਆਂ। ਹੋ ਸਕਦਾ ਕੋਈ ਪੰਜਾਬ 'ਚ ਬੈਠਾ ਵੇਖ ਰਿਹਾ ਹੋਵੇ, ਉਹ ਕਹੇ ਇਹ ਕਿਵੇਂ ਹੋ ਜਾਣਗੀਆਂ, ਪੰਜਾਬ 'ਤੇ ਦੁਨੀਆ ਨਹੀਂ ਮੁੱਕ ਜਾਂਦੀ ਇਕੱਲੀ, ਭਾਵੇਂ ਪੂਰੇ ਵਰਲਡ ਦੀ ਗੱਲ ਕਰ ਰਿਹਾ, ਗੋਰਿਆਂ ਮੁਲਕਾਂ ਦੀ ਗੱਲ ਕਰ ਰਿਹਾ, ਹੋਰ ਮੁਲਕਾਂ ਵਿੱਚ ਜਿਵੇਂ ਜਪਾਨ 'ਚ ਲੋਕ ਵਿਆਹ ਨਹੀਂ ਕਰਾ ਰਹੇ, ਰਸ਼ੀਆ 'ਚ ਬਹੁਤ ਲੋਕ ਘੱਟ ਵਿਆਹ ਕਰਾ ਰਹੇ ਹਨ, ਹੋਰਾਂ ਕੰਟਰੀਆਂ ਘੱਟ ਕਰਾ ਰਹੇ ਹਨ। ਉਹ ਕਹਿੰਦੇ ਪਹਿਲੀ ਗੱਲ ਤਾਂ ਜੋ ਬਦਲਾਓ ਆਏ ਨੇ ਉਹਦੇ ਕਰਕੇ ਅੱਧੀਆਂ ਔਰਤਾਂ ਨੇ ਵਿਆਹ ਹੀ ਨਹੀਂ ਕਰਾਉਣੇ, ਅਤੇ ਜਿਨ੍ਹਾਂ ਦੇ ਵਿਆਹ ਹੋ ਜਾਣੇ ਨੇ ਉਹਨਾਂ ਵਿੱਚੋਂ ਬਹੁਤ ਸਾਰੀਆਂ ਔਰਤਾਂ ਦੇ ਡਾਈਵੋਰਸ ਹੋ ਜਾਣੇ ਨੇ। ਸੋ ਸਟੱਡੀ ਇਹ ਦੱਸਦੀ ਆ ਕਿ 2030 ਤੱਕ ਅੱਧਿਓਂ ਵੱਧ ਔਰਤਾਂ ਕੁਆਰੀਆਂ ਜਾਂ ਸਿੰਗਲ ਹੀ ਰਹਿ ਕੇ ਮਰ ਜਾਣਗੀਆਂ। ਮਕੇ ਜਿਵੇਂ ਆਪਾਂ ਕਹਿੰਦੇ ਵੀ ਇੱਕ ਕੁੜੀ ਬੁੜੀ ਵਿਆਹੀ ਗਈ ਅਤੇ ਵਿਆਹਤਾ ਮਰ ਗਈ, ਪਰ ਬਹੁਤੀਆਂ ਕੁੜੀਆਂ ਸਿੰਗਲ ਹੀ ਮਰ ਜਾਣਗੀਆਂ ਉਸ ਤੋਂ ਬਾਅਦ ਵਿੱਚ।